ਜੀ ਅਸਲਾਮ ਅਲੈਕਮ, ਕੀ ਹਾਲ ਹੈ ਜਨਾਬ? ਸਭ ਦੋਸਤਾਂ ਦਾ ਉਮੀਦ ਕਰਨਾ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ, ਔਰ ਮੈਂ ਵੀ ਅੱਲਾਹ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ। ਅੱਜ ਮੈਂ ਜਨਾਬ ਮੌਜੂਦ ਹਾਂ ਇੰਗਲੈਂਡ ਦੇ ਉਸ ਇਲਾਕੇ ਵਿੱਚ, ਮਾਨਚੈਸਟਰ ਦਾ ਇਲਾਕਾ, ਰੋਚਡੇਲ। ਤਕਰੀਬਨ ਇਸ ਟਾਊਨ ਵਿੱਚ ਜ਼ਿਆਦਾ ਐਨ ਹੀ ਪਾਕਿਸਤਾਨੀ ਨੇ, ਇਹ ਜਿਤਨਾ ਏਰੀਆ ਇਹ ਸਭ ਜਨਾਬ ਆਪਣੇ ਪਾਕਿਸਤਾਨੀ ਭਾਈ ਨੇ ਜ਼ਿਆਦਾਤਰ। ਆਵਣਗੇ ਕੋਈ ਦੂਸਰੇ ਵੀ ਇੰਡੀਆ ਦੇ, ਬੰਗਲਾਦੇਸ਼ ਦੇ, ਨਹੀਂ ਮੈਂ ਕਹਿੰਦਾ, ਕਿਉਂਕਿ ਅਕਸਰ ਸਾਡੇ ਦੋਸਤ ਜਿਹੜੇ ਨੇ ਨਾ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ, ਉਹ ਪਹਿਲਾਂ ਕਮੈਂਟ ਢੂੰਡਦੇ ਨੇ ਕਿ ਇਹ ਲਿਖੀਏ। ਅਤੇ ਮੈਂ ਜਨਾਬ ਤੁਹਾਨੂੰ ਥੋੜ੍ਹਾ ਵਿਜ਼ਿਟ ਵੀ ਕਰਾਉਂਦਾ ਇੰਗਲੈਂਡ ਦਾ, ਅਤੇ ਔਰ ਬੜੀ ਖੁਸ਼ੀ ਹੋਈ ਹੈ ਇੱਥੇ ਆਏ ਹਾਂ। ਠੰਡ ਬਹੁਤ ਜ਼ਿਆਦਾ ਯਾਰ, ਠੰਡ ਜਿਹੜੀ ਹੈ ਨਾ, ਮੈਂ ਲੈ ਕੇ ਅੱਜ ਤੋਂ ਪਹਿਲਾਂ 2019 'ਚ ਆਇਆ ਹੈ ਇੱਥੇ, ਅਤੇ ਹੁਣ ਤਕਰੀਬਨ ਕਾਫੀ ਅਰਸੇ ਬਾਅਦ ਆਇਆ। ਐਤਕੀ ਮੈਂ ਕਿਹਾ ਗਰਮੀਆਂ 'ਚ ਜਾਵਾਂਗੇ ਅਤੇ ਉੱਥੇ ਚਲੋ ਮੌਸਮ ਬੜਾ ਠੀਕ ਹੋਵੇਗਾ। ਬਹਰਹਾਲ ਅਫਸੋਸ, ਫਿਰ ਵੀ ਠੰਡ ਹੈ ਕਿਉਂਕਿ ਬੱਦਲ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਬਣੇ ਹੋਏ ਨੇ। ਅਤੇ ਇਹ ਜਨਾਬ ਇਸ ਵੇਲੇ ਮੌਜੂਦ ਆ ਇੰਗਲੈਂਡ, ਬੜਾ ਨਾਂ ਇਹਦਾ ਵਲਾਇਤ ਇੰਗਲੈਂਡ, ਅਤੇ ਅੱਲਾਹ ਦਾ ਸ਼ੁਕਰ ਹੈ ਸਾਨੂੰ ਇੱਕ ਵਾਰੀ ਸੈਰ ਕਰਨ ਦਾ ਮੌਕਾ ਮਿਲਿਆ ਹੈ। ਅਤੇ ਔਰ ਮੈਂ ਤੁਹਾਨੂੰ ਜਨਾਬ ਵਿਜ਼ਿਟ ਵੀ ਕਰਾਉਂਦਾ ਇੱਥੇ, ਪਾਕਿਸਤਾਨੀ ਆਪਣੇ ਭਾਈ ਕਾਫੀ ਸਾਰੇ ਨੇ, ਅਤੇ ਔਰ ਮੈਂ ਤੁਹਾਨੂੰ ਰਿਹਾਇਸ਼ਾਂ ਵੀ ਦਿਖਾਉਂਦਾ, ਟਾਊਨ ਦੀ ਸੈਰ ਕਰਾਉਂਦਾ, ਪਿੰਡ ਕਹਿ ਲਓ ਜਿਕਣ ਪੰਜਾਬੀ 'ਚ ਆਖੀ ਦਾ ਪਿੰਡ ਟਾਊਨ, ਅਤੇ ਆ ਜਾਓ ਮੇਰੇ ਨਾਲ ਜਨਾਬ। ਅੱਛਾ ਜਨਾਬ, ਸਾਰਾ ਇਲਾਕਾ ਜਿਹੜਾ ਹੈ ਨਾ, ਇਹ ਤਕਰੀਬਨ ਜ਼ਿਆਦਾਤਰ ਬੰਦੇ ਆਪਣੇ ਪਾਕਿਸਤਾਨੀ ਭਾਈ ਨੇ, ਔਰ ਇਹਨਾਂ ਦਾ ਕੰਮ ਕਾਜ ਦਾ ਸਿਲਸਿਲਾ ਜਿਹੜਾ ਉਹ ਜ਼ਿਆਦਾ ਟੈਕਸੀ ਦਾ ਹੀ ਹੈ। ਇਹ ਤੁਹਾਨੂੰ ਟੈਕਸੀ ਕੇ ਨਾਲ ਦਾ ਅਤੇ ਹਰ ਜਗ੍ਹਾ 'ਤੇ ਜਨਾਬ ਨਜ਼ਰ ਆਵੇਗੀ, ਸੱਜੇ ਖੱਬੇ, ਅਤੇ ਅੱਛੀ ਗੱਲ ਹੈ। ਕੋਈ ਵੀ ਰੋਜ਼ੀ ਰੋਟੀ ਹੈ ਬੰਦੇ ਦੀ ਜਿਹੜੀ, ਉਹ ਚਾਹੇ ਕਿਸ ਹਾਲ ਵਿੱਚ ਵੀ ਹੋਵੇ, ਬੰਦੇ ਨੂੰ ਕਰਨੀ ਪੈਂਦੀ। ਅੱਗੇ ਚੱਲਣੀ ਹੈ ਜਨਾਬ, ਔਰ ਮਜ਼ੇ ਦੀ ਗੱਲ ਹੈ, ਡਰਾਈਵਿੰਗ ਇੱਥੇ ਸੱਜੇ ਹੱਥ ਹੈ, ਅਤੇ ਜਿਹੜਾ ਬੰਦਾ ਆਉਂਦਾ ਨਾ ਖਾਸ ਕਰ ਯੂਰਪ ਵੱਲੋਂ ਜਾਂ ਦੂਸਰੀਆਂ ਸਾਈਡਾਂ, ਉਹ ਬਹੁਤ ਹੀ ਇੱਕ ਦਫਾ ਤਾਂ ਕਨਫਿਊਜ਼ ਹੁੰਦਾ, ਕਿਉਂਕਿ ਖੈਰ ਉਹ ਤਾਂ ਕੋਈ ਨਹੀਂ ਗੱਲ, ਪਾਕਿਸਤਾਨ 'ਚ ਅਸੀਂ ਕਰਦੇ ਰਹਿੰਦੇ ਡਰਾਈਵਿੰਗ ਵਗੈਰਾ, ਅਤੇ ਬਹਰਹਾਲ ਇੱਕ ਵਾਰੀ ਜਿਸ ਵੇਲੇ ਤੁਸੀਂ ਦੂਸਰੀ ਕੰਟਰੀ 'ਚ ਆਉਂਦੇ ਹੋ, ਤਾਂ ਜ਼ਾਹਿਰ ਤੁਹਾਨੂੰ ਇੱਕ ਦਫਾ ਥੋੜ੍ਹਾ ਜਿਹਾ ਝਟਕਾ ਤਾਂ ਲੱਗਦਾ ਨਾ ਇਸ ਗੱਲ ਦਾ। ਔਰ ਮਜ਼ੇ ਦੀ ਗੱਲ ਤੁਹਾਨੂੰ ਇੱਕ ਹੋਰ ਦੱਸਾਂ, ਜਿੰਨੀ ਵੀ ਹੈ ਪਾਰਕਿੰਗ ਯੇ ਵੋ ਹੈ ਨਾ ਇੱਥੇ ਜਨਾਬ, ਕੋਈ ਪੇ ਨਹੀਂ ਕਰਦਾ ਬੰਦਾ, ਅਤੇ ਸਭ ਇੰਝੇ ਹੀ ਜੇ ਜਨਾਬ ਖਲਵਾ ਕੇ ਨਾ ਗੱਡੀ, ਤਾਂ ਤੁਸੀਂ ਨਿਕਲ ਜਾਣਾ ਜਾ ਕੋਈ ਸਵੀਡਨ ਹੈ, ਤਾਂ ਯਕੀਨ ਕਰੋ ਸਿਲਸਿਲਾ ਹੀ ਬੜਾ ਹੋਰ ਤਰ੍ਹਾਂ ਦਾ ਨਾ ਉੱਥੇ, ਪਾਰਕਿੰਗ ਯੇ ਵੋ ਅਤੇ ਇਹਨਾਂ ਚੀਜ਼ਾਂ ਦੀ ਬੜੀ ਹੈ। ਹੁਣ ਵੇਖੋ ਇਹ ਗੱਡੀ, ਇਹ ਟੈਕਸੀ, ਇਹ ਪਾਰਕ ਕੀਤੀ ਹੈ, ਦੂਸਰੀਆਂ ਪ੍ਰਾਈਵੇਟ ਗੱਡੀਆਂ ਨੇ। ਯਾਰ ਇੱਕ ਚੀਜ਼ ਜਿਹੜੀ ਹੈ ਨਾ, ਉਹ ਮੈਨੂੰ ਨਹੀਂ ਪਸੰਦ ਆਈ ਹੈ। ਇੰਗਲੈਂਡ ਬੜਾ ਨਾਂ ਹੈ, ਬਹੁਤ ਵੱਡਾ ਯਾਰ ਯੇ ਵੋ, ਪਰ ਰਿਹਾਇਸ਼ਾਂ ਦੇ ਮਾਮਲੇ 'ਚ ਸਵੀਡਨ ਤੋਂ ਬਹੁਤ ਪਿੱਛੇ ਨੇ। ਇਹ ਹੁਣ ਸਾਰਾ ਇਲਾਕਾ, ਸਾਰਾ ਜਿਹੜਾ ਟਾਊਨ ਹੈ ਪਾਕਿਸਤਾਨੀਆਂ ਦਾ, ਜਿਤਨੇ ਵੀ ਨੇ ਸਾਰੇ ਘਰ, ਉਹ ਵੇਖੋ ਬਕਾਇਦਾ ਜਨਾਬ ਮੇਰੀ ਲਿਖਿਆ ਹੋਇਆ ਉਰਦੂ ਸੈਂਟਰ ਔਰ ਕੰਪਿਊਟਰ ਬਿਜ਼ਨਸ ਹੈ ਬਕਾਇਦਾ ਜਨਾਬ, ਸਾਰਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਉਹ ਉੱਪਰ ਵੀ। ਅਤੇ ਮੈਂ ਤੁਹਾਨੂੰ ਦੱਸਿਆ ਨਾ, ਸਾਰਾ ਟਾਊਨ ਜਿਹੜਾ ਨਾ ਤਕਰੀਬਨ ਆਪਣੇ ਪਾਕਿਸਤਾਨੀ ਭਾਈ ਨੇ, ਜ਼ਿਆਦਾਤਰ ਜਿਹੜੇ ਨੇ ਉਹ ਮੀਰਪੁਰ ਸਾਈਡ ਦੇ ਨੇ, ਗੁਜਰਾਤ ਦੇ ਨੇ, ਹਰ ਜਗ੍ਹਾ ਦੇ ਨੇ, ਨਹੀਂ ਮੈਂ ਕਹਿੰਦਾ ਕਿ ਸਿਰਫ ਐਸੇ ਸਾਡੇ ਇਲਾਕੇ ਦੇ ਨੇ। ਅਤੇ ਰਿਹਾਇਸ਼ਾਂ ਦਾ ਸਿਲਸਿਲਾ ਇੱਥੇ ਕਿ ਮਸਲਨ ਤੁਸੀਂ ਸਮਝੋ ਕਿ ਵਾਹ, ਬਹੁਤ ਹੀ ਪੁਰਾਣੀਆਂ ਇਮਾਰਤਾਂ ਬਣੀਆਂ ਨੇ, ਪਤਾ ਨਹੀਂ ਕਿਸ ਵੇਲੇ, ਮੇਰੇ ਖਿਆਲ 50 ਸਾਲ ਤੋਂ ਉੱਤੇ ਅੰਦਾਜ਼ਨ, ਥੋੜ੍ਹੇ ਤੋਂ ਥੋੜ੍ਹਾ 50 ਸਾਲ। ਅਤੇ ਦੂਸਰੇ ਨੰਬਰ 'ਤੇ ਜਨਾਬ ਮੇਰੀ ਤੁਹਾਨੂੰ ਦੱਸਣੇ ਆ ਕਿ ਅੰਦਰ ਦਾ ਜਿਹੜਾ ਸਿਸਟਮ ਹੈ ਨਾ,
ਇਹ ਨਹੀਂ ਕਿ ਵਾ ਮੈਂ ਜਿੱਥੇ ਰਹਿ ਰਿਹਾ ਉੱਥੇ ਹੀ ਹੈ, ਤਕਰੀਬਨ ਦੋ ਤਿੰਨ ਘਰਾਂ 'ਚ ਗਏ ਹਾਂ ਅਤੇ ਅੰਦਰ ਵਾਲਾ ਜਿਹੜਾ ਸਿਸਟਮ ਹੈ ਉਹ ਵੀ ਕਲੀਨਾਂ ਨੇ ਏਡੀਆਂ ਏਡੀਆਂ ਮੋਟੀਆਂ ਪਈਆਂ, ਔਰ ਨਾ ਉਹਨਾਂ ਨੂੰ ਬੰਦਾ ਧੋ ਸਕਦਾ ਨਾ ਕੱਢ ਸਕਦਾ, ਅਤੇ ਗਰਮ ਠੰਡਾ ਜਿਹੜਾ ਪਾਣੀ ਵਾਲਾ ਸਿਲਸਿਲਾ ਜਿਹੜਾ ਉਹ ਵੀ ਥੋੜ੍ਹਾ ਜਿਹਾ ਨਹੀਂ ਠੀਕ ਹੈ, ਕਿਉਂਕਿ ਗਰਮ ਠੰਡੇ ਵਾਲਾ ਜਿਹੜਾ ਪਾਣੀ ਦੇ ਨਾਲ ਖਾਤਾ ਹੈ ਨਾ ਉਹ ਪਾਣੀ ਬਹੁਤ ਆਰਾਮ ਨਾਲ ਆਉਂਦਾ, ਅਤੇ ਨਹਾਉਣ ਦਾ ਤਾਂ ਸਮਝੋ ਜਿਕਣ ਸਿਆਪਾ ਹੀ ਬਣ ਜਾਂਦਾ ਇੱਥੇ, ਅਤੇ ਦੂਸਰੇ ਨੰਬਰ 'ਤੇ ਜਿਕਣ ਸਵੀਡਨ 'ਚ ਵਾ ਤੁਸੀਂ ਜਨਾਬ 24 ਘੰਟੇ ਗਰਮ ਠੰਡੇ ਪਾਣੀ ਸਰਦੀਆਂ 'ਚ ਆਪਣੇ ਹੀਟਿੰਗ ਵਗੈਰਾ ਵਿੱਚ 24 ਘੰਟੇ ਉਹ ਚੱਲਦੀ ਹੁੰਦੀ ਪਈ, ਅਤੇ ਉਹ ਬਹੁਤ ਉਹ ਅੱਗੇ ਜਾ ਰਿਹਾ ਨਾ ਮੁਲਕ ਇਸ ਹਿਸਾਬ ਨਾਲ। ਇੱਥੇ ਹੁਣ ਜਿਸ ਵਿੱਚ ਤੁਸੀਂ ਆਪਣੀ ਬਿਜਲੀ ਜਾਂ ਹੀਟਿੰਗ ਸਿਸਟਮ ਕਰਨਾ ਉਹ ਤਾਂ ਤੁਹਾਨੂੰ ਇੱਕ ਵਾਰੀ ਜ਼ਾਹਿਰ ਹੈ ਕਿਹਦਾ ਦਿਲ ਕਰਦਾ, ਹਰ ਇੱਕ ਦਾ ਦਿਲ ਇਹੀ ਕਰਦਾ ਨਾ ਕਿ ਮੈਂ ਵਾ ਥੋੜ੍ਹਾ ਘੱਟ ਹੀ ਇਸਤੇਮਾਲ ਕਰ, ਔਰ ਇਹ ਜਨਾਬ ਇਹ ਸਾਰਾ ਤੁਹਾਨੂੰ ਨਜ਼ਰ ਆ ਰਿਹਾ ਵੇਖ ਰਿਹਾ, ਸਭ ਆਪਣੇ ਪਾਕਿਸਤਾਨੀ ਭਾਈ ਜਿਤਨੇ ਵੀ ਇੱਥੋਂ ਜਿੱਧਰ ਤੱਕ ਨਜ਼ਰ ਜਾਂਦੀ ਨਾ ਤਕਰੀਬਨ ਸਾਰੇ ਆਪਣੇ ਜੀ। ਸਲਾਮ ਅਲੈਕਮ। ਅਤੇ ਹੋਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ ਅੱਗੇ ਜਨਾਬ ਥੋੜ੍ਹਾ ਜਿਹਾ ਜਾ ਕੇ, ਇਹ ਸਾਹਮਣੇ ਜਨਾਬ ਬਿਲਾਲ ਮਸਜਿਦ ਹੈ, ਔਰ ਮਾਸ਼ਾਅੱਲਾ ਇਤਨੀ ਪਿਆਰੀ ਮਸਜਿਦ ਹੈ ਬਣੀ, ਅੰਦਰ ਕਾਫੀ ਸਾਰੇ ਨਮਾਜ਼ੀ ਆ ਜਾਂਦੇ ਨੇ ਅਤੇ ਨਮਾਜ਼ ਪੜ੍ਹਨ ਵਾਸਤੇ। ਰਹਿਸ਼ਾਂ ਜਿਹੜੀਆਂ ਨੇ ਨਾ ਖਾਸ ਕਰ ਇਹਨਾਂ ਨੂੰ ਚਾਹੀਦਾ ਸੀ ਥੋੜ੍ਹੀਆਂ ਅਪਗ੍ਰੇਡ ਕਰਦੇ, ਕਿਉਂਕਿ ਇਤਨਾ ਵੱਡਾ ਮੁਲਕ ਇਤਨਾ ਨਾਸ਼ ਆ, ਅਤੇ ਮੈਨੂੰ ਥੋੜ੍ਹੀ ਜਿਹੀ ਇਸ ਚੀਜ਼ ਵੱਲ ਵੇਖ ਕੇ ਹੈਰਾਨਗੀ ਹੋਈ ਹੈ। ਬਾਕੀ ਇੱਥੇ ਦਾ ਸਿਸਟਮ ਹਰ ਚੀਜ਼ ਨਾਮ ਮੇਰੀ ਬਹੁਤ ਅੱਗੇ, ਇਹਦੇ ਕੋਈ ਸ਼ੱਕ ਨਹੀਂ। ਹੋਰ ਹਾਂ ਹੁਣ ਕਾਫੀ ਦੋਸਤ ਆਖਣਗੇ ਕਿ ਰਹਿਸ਼ਾਂ ਤੁਸੀਂ ਤਾਂ ਵੇਖੀਆਂ ਨਹੀਂ, ਤੁਸੀਂ ਫਲਾਣੀ ਜਗ੍ਹਾ ਇੰਝ ਜਾਈਏ ਵੋ। ਮੈਂ ਇੱਕ ਆਮ ਤਬਕੇ ਦੀ ਗੱਲ ਕਰਨਾ ਪਿਆ, ਬਿਜ਼ਨਸਮੈਨਾਂ ਦੀ ਨਹੀਂ ਗੱਲ ਕਰ ਰਹੇ, ਅਸੀਂ ਆਮ ਇਨਸਾਨ ਹਾਂ ਅਤੇ ਆਮ ਇਨਸਾਨ ਜਿਹੜੇ ਨੇ ਉਹ ਆਮ ਰਹਿਸ਼ਾਂ 'ਚ ਹੀ ਰਹਿੰਦੇ ਨੇ, ਅਤੇ ਉੱਥੇ ਜੇਕਰ ਸਵੀਡਨ 'ਚ ਨਾ ਆਮ ਤੋਂ ਆਮ ਰਹਿਸ਼ ਜਿਹੜੀ ਹੈ ਨਾ ਉਹਦੇ ਵਿੱਚ ਵੀ ਜਨਾਬ ਉਹਨਾਂ ਨੇ ਗਰਮ ਠੰਡਾ ਪਾਣੀ ਦਿੱਤੇ ਆ ਤੁਹਾਨੂੰ, ਅਤੇ ਬੜਾ ਅੱਛਾ ਲੱਗਦਾ, ਔਰ ਬੜੀ ਖੁਸ਼ੀ ਹੋਈ ਹੈ ਜਨਾਬ। ਜਿੱਧਰੋਂ ਨਿਕਲਿਆ ਮੈਂ ਯਕੀਨ ਕਰੋ ਮੈਂ ਵੀਡੀਓ ਸਟਾਪ ਕੀਤਾ, ਕੋਈ ਇੱਧਰੋਂ ਫੈਮਿਲੀ ਨਹੀਂ ਕਰ ਰਹੀ, ਕੋਈ ਇੱਧਰੋਂ ਪਾਕਿਸਤਾਨੀ ਭਾਈ ਨਹੀਂ ਕਰ ਰਹੇ ਨੇ, ਅਤੇ ਉਹ ਫਿਰ ਮੈਨੂੰ ਅੱਛਾ ਨਹੀਂ ਲੱਗਦਾ ਕਿਸੇ ਨੂੰ ਮੈਂ ਕੈਮਰਾ ਮਾਰਾਂ ਜਾਂ ਇਹ ਵੋ। ਅਤੇ ਕੋਸ਼ਿਸ਼ ਕਰਾਂਗੇ ਅਗਰ ਕੋਈ ਮਿਲਦਾ ਜੀ ਤਾਂ ਉਹਦਾ ਇੰਟਰਵਿਊ ਵੀ ਲਵਾਂਗੇ ਇਨਸ਼ਾਅੱਲਾ। ਅਤੇ ਲਓ ਜਨਾਬ ਦੁਆਵਾਂ ਯਾਦ ਰੱਖੀਓ ਅਤੇ ਇਨਸ਼ਾਅੱਲਾ ਜਨਾਬ ਤੁਹਾਡੇ ਨਾਲ ਫਿਰ ਬਹੁਤ ਜਲਦ ਕੋਈ ਅਪਡੇਟ ਲੈ ਕੇ ਨਵੀਂ ਆਵਾਂਗੇ। ਓਕੇ ਜਨਾਬ, ਰੱਬ ਰਾਖਾ।